ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਾਂਗਰਸ ਦੇ ਸਾਬਕਾ ਵਿਧਾਇਕ ਦਾ ਖਤਰਨਾਕ ਐਕਸੀਡੈਂਟ ਹੋਇਆ। ਜੀ ਹਾਂ, ਚੰਡੀਗੜ੍ਹ ਨਵਾਂ ਸ਼ਹਿਰ ਰੋਡ ਤੇ ਭਿਆਨਕ ਐਕਸੀਡੈਂਟ ਹੋਇਆ, ਜਿਸ ਦੇ ਵਿੱਚ ਫਾਰਚੂਨਰ ਗੱਡੀ ਹੈ ਜੋ ਇੱਕ ਐਂਬੂਲੈਂਸ ਦੇ ਨਾਲ ਟਕਰਾ ਜਾਂਦੀ ਹੈ ਤੇ ਫਾਰਚੂਨਰ ਗੱਡੀ ਦੇ ਪਰਖਚੇ ਤੱਕ ਉੱਡ ਜਾਂਦੇ ਨੇ। ਸੋ ਦੱਸ ਦਈਏ ਕਿ ਇਸ ਗੱਡੀ ਦੇ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਹੈ, ਜੋ ਉਹ ਉਹਦੇ ਵਿੱਚ ਬੈਠੇ ਹੋਏ ਸੀ ਆਪਣੇ ਗਨਮੈਨਾਂ ਦੇ ਨਾਲ। ਇਹ ਜਦੋਂ ਵੱਡਾ ਹਾਦਸਾ ਵਾਪਰਦਾ ਹੈ, ਸੋ ਦੱਸ ਦਈਏ ਕਿ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਮੈਕਸ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਗਨਮੈਨ ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਇਹ ਸਾਬਕਾ MLA ਦੀ ਹਾਲਤ ਕਿਹੋ ਜਿਹੀ ਹੈ, ਅਜੇ ਇਸ ਬਾਰੇ ਅਜੇ ਕੋਈ ਵੀ ਜੋ ਖਬਰ ਹੈ ਸਾਹਮਣੇ ਨਹੀਂ ਆਈ ਹੈ ਕਿ ਉਹਨਾਂ ਦੀ ਹਾਲਤ ਠੀਕ ਹੈ ਜਾਂ ਫਿਰ ਨਹੀਂ ਹੈ। ਪਰ ਦੱਸ ਦਈਏ ਕਿ ਵੱਡੀ ਖਬਰ ਹੈ, ਪਿੰਡ ਢੌਂਸਾ ਦੇ ਨੇੜੇ ਬੇਹੱਦ ਹੀ ਭਿਆਨਕ ਐਕਸੀਡੈਂਟ ਹੋਇਆ, ਕਿਉਂਕਿ ਇੱਕ ਐਂਬੂਲੈਂਸ ਰਸਤੇ ਦੇ ਵਿੱਚ ਖੜ੍ਹੀ ਹੋਈ ਸੀ। ਐਂਬੂਲੈਂਸ ਦਾ ਜੋ ਡਰਾਈਵਰ ਹੈ ਉਹ ਕੁਛ ਰਸਤਾ ਵਗੈਰਾ ਕਿਸੇ ਨੂੰ ਪੁੱਛ ਰਿਹਾ ਸੀ ਕਿ ਪਿੱਛੋਂ ਦੀ ਆਉਂਦੀ ਹੋਈ ਫਾਰਚੂਨਰ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਇਹ ਵੱਡਾ ਐਕਸੀਡੈਂਟ ਹੋਇਆ। ਤਸਵੀਰਾਂ ਵੇਖ ਕੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦਾ ਇਹ ਤਕੜਾ ਭਿਆਨਕ ਐਕਸੀਡੈਂਟ ਹੋਇਆ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਸੋ ਦੱਸ ਦਈਏ ਕਿ ਬੇਹੱਦ ਹੀ ਵੱਡਾ ਹਾਦਸਾ ਹੈ ਜੋ ਹੋਇਆ, ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਐਕਸੀਡੈਂਟ ਹੋਇਆ। ਸੜਕ ਹਾਦਸੇ ਦੇ ਵਿੱਚ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅੰਗਦ ਸੈਣੀ ਗੰਭੀਰ ਜ਼ਖਮੀ ਹੋਏ ਨੇ। ਕਾਂਗਰਸ ਦੇ ਸਾਬਕਾ ਵਿਧਾਇਕ ਨੇ ਅੰਗਦ ਸਿੰਘ ਸੈਣੀ ਸੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਗਨਮੈਨ ਵੀ ਉਹਦੇ ਜ਼ਖਮੀ ਨੇ ਅਤੇ ਚੰਡੀਗੜ੍ਹ ਦੇ ਮੈਕਸ ਹੋਸਪਿਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ। ਸੋ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ, ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ। ਤਸਵੀਰਾਂ ਵੇਖੋ, ਤਸਵੀਰਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੀ ਜ਼ੋਰਦਾਰ ਇਹ ਟੱਕਰ ਹੋਈ ਹੋਣੀ ਹੈ। ਸੋ ਦੱਸ ਦਈਏ ਕਿ ਉਸ ਹਾਦਸੇ ਦੇ ਵਿੱਚ ਸਾਬਕਾ ਵਿਧਾਇਕ ਅੰਗਦ ਸੈਣੀ ਹੈ ਜੋ ਗੰਭੀਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦਾ ਮੈਕਸ ਹੋਸਪਿਟਲ ਦੇ ਵਿੱਚ ਇਲਾਜ ਚੱਲ ਰਿਹਾ। ਬਾਕੀ ਗਲਤੀ ਕਿਸ ਦੀ ਹੈ, ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।